ਸੜਕਾਂ ਤੇ ਬੈਠੇ ਹੁਣ ਉਹ ਲੋਕ ਸੰਘਰਸ਼ ਤੇ ਬੈਠੇ ਹੁਣ ਸਾਡਾ ਫਰਜ਼ ਬਣਦਾ ਕਿ ਆਪਣੇ ਅੰਨਦਾਤਿਆਂ ਦੇ ਨਾਲ ਕਿਤੇ ਅੰਨਦਾਤੇ ਦੇ ਨਾਲ ਹਰ ਬੰਦੇ ਦਾ ਕੰਸਰਨ ਹੈ ਜੇ ਖੇਤਾਂ 'ਚ ਅਨਾਜ ਹੁੰਦਾ ਤਾਂ ਘਰ 'ਚ ਰੋਟੀ ਪੱਕਦੀ ਹੈ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਇਹ ਸਾਡੇ ਕੰਸਰਨ ਦੇ ਲੋਕ ਨੇ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਕਰਕੇ ਅਸੀਂ ਅੱਜ ਸਾਰੀ ਸਮੁੱਚੀ ਫਿਲਮ ਇੰਡਸਟਰੀ ਸਾਡੀ ਪੰਜਾਬ ਦੀ ਫਿਲਮ ਇੰਡਸਟਰੀ ਜਿਹੜੀ ਉਹ ਚੱਲੀ ਹੈ ਅਤੇ ਕਿਤੇ ਨਾ ਕਿਤੇ ਮੈਂ ਸਮਝਦਾ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਲੋਕ ਸਰਕਾਰ ਦੇ ਦਬਾਅ ਦੇ ਵਿੱਚ ਆ ਕੇ ਆਪਣਾ ਟਵੀਟ ਕਰਦੇ ਨੇ ਸਰਕਾਰਾਂ ਦੇ ਹੱਕ 'ਚ ਟਵੀਟ ਕਰਦੇ ਨੇ ਉਹਨਾਂ ਲੋਕਾਂ ਨੂੰ ਇਹ ਜਵਾਬ ਦੇ ਹੋਊ ਹੋਏ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਜੀ ਜਾਰੀ ਜੰਗ ਰੱਖਿਓ ਕਿਰਤੀ ਕਿਸਾਨ ਕਲਾਕਾਰ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਅੰਦੋਲਨ ਦਿੱਲੀ ਦੀਆਂ ਸਰਹੱਦਾਂ ਤੇ ਪਿਛਲੇ 70 ਦਿਨਾਂ ਤੋਂ ਲਗਾਤਾਰ ਜਾਰੀ ਹੈ ਕੜਾਕੇ ਦੀ ਠੰਡ ਮੀਂਹ ਹਨੇਰੀ ਵੀ ਕਿਸਾਨਾਂ ਦੇ ਹੌਸਲੇ ਢਾ ਨਾ ਸਕੀ ਕਿਸਾਨ ਅੰਦੋਲਨ ਨੂੰ ਹਰ ਵਰਗ ਦੇ ਲੋਕਾਂ ਦਾ ਸਮਰਥਨ ਵੀ ਮਿਲ ਰਿਹਾ ਹੈ ਇਥੋਂ ਤੱਕ ਕਿ ਪੰਜਾਬੀ ਗਾਇਕ ਤੇ ਫਿਲਮੀ ਕਲਾਕਾਰ ਵੀ ਅੰਦੋਲਨ ਦੇ ਸ਼ੁਰੂ ਤੋਂ ਕਿਸਾਨਾਂ ਦਾ ਸਾਥ ਦੇ ਰਹੇ ਨੇ ਅਜਿਹੇ 'ਚ ਅੱਜ ਪੰਜਾਬੀ ਫਿਲਮੀ ਕਲਾਕਾਰਾਂ ਦਾ ਕਾਫਲਾ ਦਿੱਲੀ ਵੱਲ ਰਵਾਨਾ ਹੋਇਆ ਹੈ ਜਿਨ੍ਹਾਂ ਵੱਲੋਂ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ ਅੱਜਕੱਲ੍ਹ ਜੀ ਅੱਜ ਅਸੀਂ ਦਿੱਲੀ ਜਾ ਰਹੇ ਹਾਂ ਪੂਰੀ ਫਿਲਮ ਸਮੁੱਚੀ ਫਿਲਮ ਇੰਡਸਟਰੀ ਇਕੱਠੀ ਹੋ ਕੇ ਕਿਸਾਨਾਂ ਦੇ ਹੱਕ ਲਈ ਮੈਂ ਜੀ ਇਹੀ ਸੁਨੇਹਾ ਦੇਣਾ ਚਾਹੂੰਗੀ ਜੀ ਕਿ ਅਸੀਂ ਅੱਜ ਸਾਰਾ ਬਾਲੀਵੁੱਡ ਉਹਨਾਂ ਦਾ ਸਾਥ ਦੇਣ ਉਹਨਾਂ ਦਾ ਜਾ ਰਹੇ ਕਿਉਂਕਿ ਸੋ ਅਸੀਂ ਹੀ ਨਹੀਂ ਇਕੱਲੇ ਇਕੱਲੇ ਜੀ ਨੂੰ ਕਿਸਾਨੀ ਸੰਘਰਸ਼ ਦੇ ਵਿੱਚ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇੱਕ ਕਿਸਾਨ ਹੈ ਜਿਹੜਾ ਸਾਰੀ ਦੁਨੀਆ ਦਾ ਢਿੱਡ ਭਰਦਾ ਹੈ ਜੇ ਕਿਸਾਨੀ ਨਹੀਂ ਤਾਂ ਕੋਈ ਵੀ ਨਹੀਂ ਸੋ ਸਾਨੂੰ ਸਾਰਿਆਂ ਨੂੰ ਪੂਰੇ ਜੋਸ਼ੋ ਖਰੋਸ਼ ਦੇ ਨਾਲ ਪੂਰੀ ਹੋਸ਼ ਦੇ ਵਿੱਚ ਕਿਸਾਨਾਂ ਦਾ ਇਸ ਸੰਘਰਸ਼ ਦੇ ਵਿੱਚ ਸਾਥ ਦੇਣਾ ਬਹੁਤ ਸ਼ੁਕਰੀਆ ਜੀ ਰਾਜ ਜੀ ਰਾਜ ਧਾਲੀਵਾਲ ਸੰਘਰਸ਼ ਕਰ ਰਹੇ ਨੇ 2 ਮਹੀਨਿਆਂ ਤੋਂ ਉੱਤੇ ਹੋ ਚੱਲੇ ਦਿੱਲੀ ਬੈਠੇ ਨੇ ਉਹ ਸੋ ਅਸੀਂ ਸਮਝਦੇ ਕਿ ਜਿਹੜਾ ਕਲਾਕਾਰ ਉਹ ਕਿਸੇ ਫੈਕਟਰੀ 'ਚ ਨਹੀਂ ਬਣਦਾ ਕਲਾਕਾਰ ਨੂੰ ਲੋਕ ਕਲਾਕਾਰ ਬਣਾਉਂਦੇ ਨੇ ਇਹਨਾਂ ਲੋਕਾਂ ਨੇ ਸਾਨੂੰ ਪਿਆਰ ਦੇ ਕੇ ਇੱਕ ਆਮ ਬੰਦਿਆਂ ਤੋਂ ਸਾਨੂੰ ਇੱਕ ਸੈਲੀਬ੍ਰਿਟੀ ਬਣਾਇਆ ਸਮਾਜ ਵਿੱਚ ਇੰਨਾ ਪਿਆਰ ਇੱਜ਼ਤ ਦਵਾਈ ਸੋ ਜਦੋਂ ਉਹ ਲੋਕ ਫਿਰ ਸੜਕਾਂ 'ਤੇ ਬੈਠੇ ਹੁਣ ਉਹ ਲੋਕ ਸੰਘਰਸ਼ 'ਤੇ ਬੈਠੇ ਹੁਣ ਸਾਡਾ ਫਰਜ਼ ਬਣਦਾ ਕਿ ਆਪਣੇ ਅੰਨਦਾਤਿਆਂ ਦੇ ਨਾਲ ਕਿਉਂਕਿ ਅੰਨਦਾਤੇ ਦੇ ਨਾਲ ਹਰ ਬੰਦੇ ਦਾ ਕੰਸਰਨ ਹੈ ਜੇ ਖੇਤਾਂ 'ਚ ਅਨਾਜ ਹੁੰਦਾ ਤਾਂ ਘਰਾਂ 'ਚ ਰੋਟੀ ਪੱਕਦੀ ਹੈ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਇਹ ਸਾਡੇ ਕੰਸਰਨ ਦੇ ਲੋਕ ਨੇ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਕਰਕੇ ਅਸੀਂ ਅੱਜ ਸਾਰੀ ਸਮੁੱਚੀ ਫਿਲਮ ਇੰਡਸਟਰੀ ਸਾਡੀ ਪੰਜਾਬ ਦੀ ਫਿਲਮ ਇੰਡਸਟਰੀ ਜਿਹੜੀ ਉਹ ਚੱਲੀ ਹੈ ਅਤੇ ਕਿਤੇ ਨਾ ਕਿਤੇ ਮੈਂ ਸਮਝਦਾ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਲੋਕ ਸਰਕਾਰ ਦੇ ਦਬਾਅ ਦੇ ਵਿੱਚ ਆ ਕੇ ਆਪਣਾ ਟਵੀਟ ਕਰਦੇ ਨੇ ਸਰਕਾਰਾਂ ਦੇ ਹੱਕ 'ਚ ਟਵੀਟ ਕਰਦੇ ਨੇ ਉਹਨਾਂ ਲੋਕਾਂ ਨੂੰ ਇਹ ਜਵਾਬ ਵੀ ਹੋ ਗੁਰਪ੍ਰੀਤ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਸਾਰੇ ਜਾਣਦੇ ਹਾਂ ਵੀ ਜੇ ਕਿਸੇ ਦਾ ਕੋਈ ਲੂਣ ਖਾ ਲਏ ਨਮਕ ਖਾ ਲਏ ਅਤੇ ਉਹਨੂੰ ਲੁੱਟਣ ਦੀ ਕੋਈ ਕੋਸ਼ਿਸ਼ ਬਾਅਦ 'ਚੋਂ ਕਰਨ ਲੱਗ ਪਏ ਜਿਹਦਾ ਨਮਕ ਖਾਧਾ ਹੋਵੇ ਉਹਨੂੰ ਨਮਕ ਹਰਾਮ ਕਹਿੰਦੇ ਆ ਅਤੇ ਜਿਹਨੇ ਇੰਨਾ ਅੰਨ ਦਿੱਤਾ ਹੈ ਜਿਹਦਾ ਅਸੀਂ ਅੰਨ ਖਾਧਾ ਹੈ ਜੇ ਅਸੀਂ ਉਹਨੂੰ ਲੁੱਟਾਂਗੇ ਅਤੇ ਅੰਨ ਹਰਾਮ ਇੱਕ ਨਵਾਂ ਸ਼ਬਦ ਇਹ ਵੀ ਡਿਕਸ਼ਨਰੀ ਦੇ ਵਿੱਚ ਪਾੜ ਲਓ ਇੱਦਾਂ ਦੇ ਬਣਨ ਦੀ ਕੋਸ਼ਿਸ਼ ਨਾ ਕਰੋ ਸਮਾਜ ਦਾ ਭਲਾ ਕਰੋ ਕਿਸਾਨ ਦਾ ਭਲਾ ਕਰੋ ਕਿਰਤੀ ਕਿਸਾਨ ਕਲਾਕਾਰ ਏਕਤਾ ਜ਼ਿੰਦਾਬਾਦ ਬਲਵਿੰਦਰ ਵਿੱਕੀ ਭਾਜੀ ਜ਼ਿੰਦਾਬਾਦ
ਪਾਕਿਸਤਾਨ ਤੋਂ ਵੀ ਸਾਡੇ ਭਰਾ ਸਾਡੇ ਨਾਲ ਜੁੜ ਗਏ ਜੀ ਬਹੁਤ ਬਹੁਤ ਮਿਹਰਬਾਨੀ ਪੰਜਾਬੀ ਫਿਲਮ ਸਮੁੱਚੀ ਪੰਜਾਬੀ ਫਿਲਮ ਇੰਡਸਟਰੀ ਹੈ ਜੀ ਇਹ ਜਿਹੜੀ ਕਿਸਾਨਾਂ ਦੀ ਸਪੋਰਟ 'ਤੇ ਜਾ ਰਹੀ ਹੈ ਸੰਘਰਸ਼ ਦੀ ਸਪੋਰਟ ਕਰਨ ਲਈ ਜਾ ਰਹੀ ਹੈ ਸਾਡੀ ਸਾਰਿਆਂ ਦੀ ਪੰਜਾਬੀ ਫਿਲਮ ਇੰਡਸਟਰੀ ਇਕੱਠੀ ਹੋ ਗਈ वीडियो च तुसी देख सकते हो कि पंजाबी फिल्मी कलाकारा वालों वार वार इको गल दोहराई जा रही है कि किसान अंदोलन जीतने लई सब नु एकता बनाई रखन दी लोड़ है जिस नाल केंद्र सरकार ते दबाव बनेगा ते नाल ही उन्हां कहा कि खेती कानूनां नु रद्द करन लई केंद्र सरकार बहुत जल्द मजबूर होवेगी। थैंक यू हरपाल भैन जी। सब तो बड़ी गल साडी एकता दी असीं इकट्ठे रहांगे फिर संघर्ष असीं जित सकदे हां। सो इस करके सद्भावना जिहड़ी असीं समझदे हां साडे विच सारे साडे जिहड़े फिल्म इंडस्ट्री दे लोक ने ओह चाहे किसी मजहब दे होण चाहे किसी जात दे होण अज कोई जातां मजहबां दा कवानियां तों उपर उठ के इन्हां गल्लां नूं त्याग के क्योंकि साडे गुरु साहिबानां ने भी बहुत पहलां जिहड़ा इन्हां दा खंडन कीता सारे धर्मां दा सारीआं जातां दा तों अगे जा रहे अज कृति किसान कलाकार एकता नेट की प्रॉब्लम है नेट नहीं चल रहा हाँ मतलब कि पुराने नेट पे इंजन जो मुल पैना चाहिए वो नहीं पै रहा और उन्होंने गल भी नहीं सुनी जा रही गल सुना जा रहे हैं गल तो नौजवान दो ढाई महीने हो गए पर उन्होंने कन के जो नहीं सरद रही जो साढ़े किसान नेता इस काम से बिल्कुल बदल दूर लगे हुए हैं उन्होंने साथ देखते जा रहे हैं जी औलक साहब पुत ने मिट्टी दे एह तरत इन्हां दा गहना ए पुत ने मिट्टी दे एह तरत इन्हां दा गहना जो हक इन्हां दा है रहना गल सुन ले मोदिया ओए तेरा राज सदा नी। थैंक यू सर। थैंक यू मेहरबानी जी। द
दस दी कि पंजाबी फिल्मी कलाकार भी किसानां दे हक च अपनी आवाज बुलंद कर रहे ने। उन्हां वल्लों दावा कीता जा रहा है कि अंदोलन दे अखीर तक ओह किसानां दे हक च डटे रहणगे। फिलहाल किसान अंदोलन हुण लोक लहर बन चुके हैं, जिसकी चर्चा महज देश च ही नहीं सगो विदेशां च भी हो रही है। ब्यूरो रिपोर्ट, पंजाबी लोक चैनल।